ਤੁਹਾਨੂੰ ਯਾਦ ਹੈ ਕਿ ਤੁਹਾਨੂੰ ਕੋਈ ਵਾਅਦਾ ਕੀਤਾ ਸੀ ਇਸ ਭੈਣ ਨੇ? ਹਾਂਜੀ ਭੈਣ ਜੀ, ਵਾਅਦਾ ਕੀਤਾ ਸੀ ਜੀ। ਕੀ ਵਾਅਦਾ ਕੀਤਾ ਸੀ? ਤੁਸੀਂ ਵਾਅਦਾ ਕੀਤਾ ਸੀ ਕਿ ਭਾਈ ਤੁਹਾਨੂੰ ਅਸੀਂ ਕਾਰੋਬਾਰ ਕਰਾਵਾਂਗੇ, ਗੱਡੀ ਰੇੜੀ ਬਣਾ ਕੇ ਦਿਆਂਗੇ। ਅੱਛਾ। ਤੇ ਮਾਲ ਪਾ ਕੇ ਦਿਆਂਗੇ। ਅੱਛਾ। ਤੁਹਾਡੇ ਬੱਚਿਆਂ ਦਾ ਰੋਜ਼ੀ ਰੋਟੀ ਚੱਲ ਜਾਏਗੀ। ਅੱਛਾ, ਤੇ ਅੱਜ ਵਕਤ ਆ ਗਿਆ ਅੱਲਾਹ ਪਾਕ ਦੀ ਤਰਫੋਂ ਵਾਅਦਾ ਪੂਰਾ ਕਰਨ ਦਾ। ਆਓ ਫਿਰ ਮੇਰੇ ਨਾਲ। ਠੀਕ ਹੈ ਭਾਈ, ਆਜੋ। ਅੱਲਾਹ ਖੈਰ ਕਰੇ ਜੀ। ਠੀਕ ਹੈ ਭੈਣ ਜੀ, ਅੱਲਾਹ ਖੈਰ ਕਰੇ। ਆਓ ਜੀ। ਠੀਕ ਹੈ ਭੈਣ ਜੀ, ਇਹਦਾ ਇਹਨੂੰ ਰੱਖੋ ਇੱਥੇ। ਰੱਖੋ ਇੱਥੇ। ਹਾਂਜੀ ਲਓ ਜੀ, ਲਓ ਭੈਣ ਜੀ। ਔਰ ਆਪਣੇ ਨਵੇਂ ਕਾਰੋਬਾਰ ਵੱਲ ਦੇਖੋ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਸੇਵੀਆਂ ਦਾ ਆਲੇ, 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 ਸੇਵੀਆਂ ਦਾਲੇ, ਸੇਵੀਆਂ ਦਾਲੇ, ਸੇਵੀਆਂ ਦਾਲੇ, ਸੇਵੀਆਂ ਦਾਲੇ, ਸੇਵੀਆਂ ਦਾਲੇ। ਠਹਿਰੋ ਜੀ, ਠਹਿਰੋ ਜੀ, ਠਹਿਰੋ ਜੀ, ਇੱਥੇ ਆਓ, ਇੱਧਰ ਆਓ, ਇੱਧਰ। ਸੇਵੀਆਂ ਦਾਲੇ ਇੱਥੇ ਇੱਥੇ। ਹਾਂਜੀ ਹਾਂਜੀ, ਸੇਵੀਆਂ ਦਾਲੇ ਜੀ। ਜਿੱਥੇ ਰੱਖਿਆ ਜੀ, ਸੋਹਣੇ ਰੱਬ ਨੇ ਬਿਹਤਰ ਰੱਖਿਆ ਜੀ, ਉਹਦੀ ਅਰਦਾਸ ਜੀ। ਤੁਹਾਨੂੰ ਯਾਦ ਹੈ ਕਿ ਤੁਹਾਨੂੰ ਕੋਈ ਵਾਅਦਾ ਕੀਤਾ ਸੀ ਇਸ ਭੈਣ ਨੇ? ਹਾਂਜੀ ਭੈਣ ਜੀ, ਵਾਅਦਾ ਕੀਤਾ ਸੀ ਜੀ। ਕੀ ਵਾਅਦਾ ਕੀਤਾ ਸੀ? ਤੁਸੀਂ ਵਾਅਦਾ ਕੀਤਾ ਸੀ ਕਿ ਭਾਈ ਤੁਹਾਨੂੰ ਅਸੀਂ ਕਾਰੋਬਾਰ ਕਰਾਵਾਂਗੇ, ਗੱਡੀ ਰੇੜੀ ਬਣਾ ਕੇ ਦਿਆਂਗੇ। ਅੱਛਾ। ਤੇ ਮਾਲ ਪਾ ਕੇ ਦਿਆਂਗੇ। ਅੱਛਾ। ਤੁਹਾਡੇ ਬੱਚਿਆਂ ਦਾ ਰੋਜ਼ੀ ਰੋਟੀ ਚੱਲ ਜਾਏਗੀ। ਅੱਛਾ, ਉਹਨਾਂ ਦੀ ਮਿਹਰਬਾਨੀ ਹੈ ਜੀ, ਉਹਨਾਂ ਨੇ ਸਾਡੇ ਨਾਲ ਤਾਵਣ ਕੀਤਾ ਵਾ। ਅੱਛਾ, ਗੱਲ ਸੁਣੋ ਕਿ ਤੁਹਾਡੇ ਜ਼ਿਹਨ 'ਚ ਥੋੜੀ ਕਿ ਜਿੰਨੀ ਜਿਹੜੀ ਹੈ ਨਾ ਹਾਲਾਤ ਨਾ ਕੁਝ ਕੰਮ ਆ ਗਏ ਸੀ, ਮਸਰੂਫੀਅਤ ਹੋ ਗਈ ਸੀ, ਜ਼ਰਾ ਕਿ ਲੇਟ ਹੋ ਗਿਆ, ਤੇ ਜ਼ਿਹਨ 'ਚ ਨਹੀਂ ਆਇਆ ਕਿ ਮੈਂ ਨਾ ਐਵੇਂ ਖਾਲੀ ਵਾਅਦਾ ਕਰਕੇ ਚਲੇ ਗਏ? ਨਹੀਂ ਭੈਣ ਜੀ, ਅੱਲਾ ਦੀ ਰਜ਼ਾ ਦੇ ਖਾਤਰ ਤੁਹਾਨੂੰ ਅੱਲਾ ਪਾਕ ਦੇ ਪੂਰਾ ਭਰੋਸਾ ਸੀ। ਇਨਸ਼ਾਅੱਲਾ ਤਾਲਾ ਜੀ, ਅੱਲਾ ਪਾਕ ਨੇ ਆਪਣਾ ਕਰਨਾ ਹੈ ਕੰਮ। ਬਿਲਕੁਲ ਭੈਣ ਜੀ, ਅੱਲਾ ਦੀ ਰਜ਼ਾ ਜੀ। ਹਾਂਜੀ। ਅੱਛਾ ਜੀ, ਤੁਸੀਂ ਵਾਅਦਾ ਕੀਤਾ ਇਹਨਾਂ ਨੇ ਭੈਣ? ਅੱਛਾ, ਮੈਂ ਵਾਅਦਾ ਕੀਤਾ ਸੀ ਇਹਨਾਂ ਨੂੰ ਰੇੜੀ, ਕਿਉਂਕਿ ਸਿਰ 'ਤੇ ਚੁੱਕੇ ਛਾਬੜਾ ਏਡਾ ਵਜ਼ਨ ਰੱਖ ਕੇ ਗਲੀ ਗਲੀ ਫਿਰਦੇ ਨੇ, ਅਤੇ ਰੇੜੀ ਦੇਣ ਦਾ ਅਤੇ ਫਿਰ ਉਹਦੇ ਨਾਲ ਸਮਾਨ ਦਾ ਵਾਅਦਾ ਕੀਤਾ ਸੀ। ਹਾਂਜੀ, ਅਤੇ ਅੱਜ ਵਕਤ ਆ ਗਿਆ ਅੱਲਾਹ ਪਾਕ ਦੀ ਤਰਫੋਂ ਵਾਅਦਾ ਪੂਰਾ ਕਰਨ ਦਾ। ਆਓ ਫਿਰ ਮੇਰੇ ਨਾਲ। ਠੀਕ ਹੈ, ਆਜੋ। ਅੱਲਾਹ ਖੈਰ ਕਰੇ ਜੀ। ਠੀਕ ਹੈ ਭੈਣ ਜੀ, ਅੱਲਾਹ ਖੈਰ ਕਰੇ। ਦੇਖੋ ਕਿ ਕਿੰਨਾ ਵਜ਼ਨ ਚੁੱਕ ਕੇ ਗਲੀ ਗਲੀ ਫਿਰ ਕੇ, ਮਿਹਨਤ ਇੰਨੀ ਆ ਹੈ, ਫਿਰ ਰਾਤ ਨੂੰ ਕਦੀ ਲੈ ਕੇ ਜਾਂਦੇ ਸੀ, ਕਦੀ ਨਹੀਂ ਸੀ ਲੈ ਕੇ ਜਾਂਦੇ ਹੈ। ਆਜੋ 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 ਆਜੋ। ਨਿਗਾਹ ਵੀ ਨਹੀਂ ਨਾ ਭੈਣ ਜੀ ਹੈਗੀ? ਹਾਂਜੀ, ਆਓ ਫਿਰ ਆਓ। ਆਓ ਜੀ। ਠੀਕ ਹੈ ਭੈਣ ਜੀ, ਇਹਦਾ ਇਹਨੂੰ ਰੱਖੋ ਇੱਥੇ, ਰੱਖੋ ਇੱਥੇ। ਹਾਂਜੀ ਲਓ ਜੀ, ਲਓ ਭੈਣ ਜੀ। ਔਰ ਆਪਣੇ ਨਵੇਂ ਕਾਰੋਬਾਰ ਵੱਲ ਦੇਖੋ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਆਓ ਇੱਧਰ, ਇੱਧਰ ਆਓ, ਇੱਧਰ ਆਓ। ਠੀਕ ਹੈ ਜੀ ਭੈਣ ਜੀ, ਵਾਹ ਵਾਹ, ਸੁਭਾਨ ਅੱਲਾ ਜੀ। ਇਹ ਦੇਖੋ ਜੀ, ਨਵਾਂ ਕਾਰੋਬਾਰ ਅੱਲਾਹ ਪਾਕ ਦੀ ਤਰਫੋਂ ਤੁਹਾਡੇ ਵਾਸਤੇ। ਅੱਲਾਹ ਦੇ ਹੁਕਮਾਂ ਜੀ, ਭੈਣਾਂ ਦੀਆਂ ਦੁਆਵਾਂ ਨਾਲ, ਭਰਾਵਾਂ ਦੀਆਂ ਦੁਆਵਾਂ ਨਾਲ ਜੀ, ਅੱਲਾਹ ਤਾਲਾ ਨੇ ਇਹਨਾਂ ਨੂੰ ਅਜਰ ਦੇਣਾ ਜੀ। ਬਸ ਜੀ, ਜੋ ਅੱਲਾਹ ਪਾਕ ਦੀ ਤਰਫੋਂ ਵਾਅਦਾ ਕਰਦੇ ਆ ਨਾ, ਤੇ ਉਹ ਜ਼ਰੂਰ ਪੂਰਾ ਕਰ ਜਾਂਦੇ ਆ। ਸਵੇਰ ਜ਼ਰੂਰ ਹੋ ਜਾਂਦੀ ਆ, ਲੇਕਿਨ ਵਾਅਦਾ ਜ਼ਰੂਰ ਪੂਰਾ ਕਰ ਜਾਂਦੇ। ਹੁਣ ਤੁਸੀਂ ਮੈਨੂੰ ਦੱਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਪਈਆਂ ਅੱਜ, ਇਹ ਦੱਸੋ ਮੈਨੂੰ। ਆ ਲੋਹੜੀ ਪੂਰਾ ਜੀ, ਆ ਮੈਨੂੰ ਸਮਝ ਨਹੀਂ ਆਉਂਦੀ ਲੋਹੜੀ ਪੂਰੇ ਦੀ। ਇਹ ਲੋਹੜੀ ਪੂਰਾ ਵਾ ਤੇ ਇਹ ਲਾਹੌਰ ਬੰਦਾ ਵਾ ਜੀ? ਹਾਂ ਜੀ, ਕੜੇ ਵੀ ਬੰਦਾ, ਲਾਹੌਰ ਵੀ ਬੰਦਾ। ਅੱਛਾ ਅੱਛਾ, ਇਹਦੇ ਨਾਲ ਲਾਹੌਰੀ ਪੂੜਾ ਜੀ, ਖਖਰ ਪੂੜਾ ਵੀ ਕਹਿੰਦੇ ਜੀ। ਖਖਰ ਪੂੜਾ ਉਹ ਕੀ ਹੁੰਦਾ? ਖਖਰ ਪੂੜਾ ਦਾ ਖਖਰ, ਖਖਰ ਪੂੜਾ ਨਹੀਂ ਜੀ, ਨਾਮ ਹੀ ਖਖਰ ਪੂੜਾ ਹੀ ਕਹਿੰਦੇ ਨੇ ਜੀ। ਅੱਛਾ ਅੱਛਾ, ਆ ਮਿੱਠੀ ਡਾਂਗਰੀ ਹੈ ਜੀ, ਇਹ ਮਿੱਠੀ ਡਾਂਗਰੀ ਹੈ। ਅੱਛਾ, ਆ ਲਾਹੌਰੀ ਪੂੜਾ, ਆ ਮਿੱਠੀ ਡਾਂਗਰੀ, ਆ ਚਣਿਆਂ ਦੀ ਦਾਲ ਹੈ ਜੀ। ਹਾਂਜੀ, ਠੀਕ ਹੋ ਗਿਆ ਜੀ। ਆ ਮੱਛੀ ਟਾਫੀ ਹੈ। ਹਾਂਜੀ, ਹੋਰ ਠੀਕ ਹੋ ਗਿਆ ਜੀ। ਹਾਂ, ਆ ਫਰੰਟੀਆਂ ਵਗੈਰਾ ਮੱਛੀਆਂ। ਅੱਛਾ, ਆ ਪਾਪੜ। ਅੱਛਾ, ਜ਼ਫਰ ਹੈ ਇਹਨੂੰ, ਹਾਂਜੀ ਬੋਲੋ ਜ਼ਰਾ। ਚੱਲ ਕਰੋ, ਆ ਪਾਪੜ ਹੋ ਗਏ ਜੀ। ਆ ਪਾਪੜ ਆ। ਅੱਛਾ, ਹੋਰ ਲੇਜ ਵਗੈਰਾ? ਅੱਛਾ ਠੀਕ ਹੈ ਜੀ। ਬਕਾਇਆ ਜੀ, ਆ ਮੱਛੀ ਟਾਫੀ ਆ, ਆ ਸਾਰੀ ਠੀਕ ਹੋ ਗਿਆ ਜੀ। ਆ ਵੀ ਸੇਵੀਆਂ ਜੀ। ਹਾਂ, ਨਿਮਕੋ। ਹਾਂ ਜੀ, ਨਿਮਕੋ। ਆ ਹਾਂ ਜੀ, ਆ ਵੀ ਨਿਮਕੋ ਦਾ। ਅੱਛਾ, ਇਹ ਕੀ ਜੀ ਹੈ? ਇਹ ਵੀ ਜੀ ਪਤੀਸਾ ਹੋਣਾ। ਅੱਛਾ, ਪਤੀਸਾ, ਸਹੀ ਹੋ ਗਿਆ ਜੀ। ਇਹ ਚਨੇ? ਹਾਂ ਜੀ, ਹਾਂ ਜੀ। ਔਰ ਇਹ ਕੀ ਜੀ?
ਤਲਖਾਣੇ ਇਹ ਮਖਾਣੇ ਜੀ ਮਖਾਣੇ ਫੁੱਲ ਮਖਾਣੇ ਹਾਂਜੀ ਅੱਛਾ ਇੱਥੇ ਕਿਤੇ ਚੂਪਾ ਵੀ ਹੋਏਗਾ ਉਹ ਵੀ ਆ ਪਿਆ ਜੀ ਚੂਪਾ ਉਹ ਕਿਹਨੂੰ ਕਹਿੰਦੇ ਨੇ ਉਹ ਬੱਚੇ ਖਾਂਦੇ ਜੀ ਹਾਂਜੀ ਹਾਂਜੀ ਸਹੀ ਗੱਲ ਸਹੀ ਹੋ ਗਿਆ ਹਾਂਜੀ ਤੇ ਇਹ ਕੀ ਜੀ ਇਹ ਆ ਜਿਹੜੀ ਚਿੰਗਮਾ ਹੈ ਆ ਜਿਹੜੀਆਂ ਜੀ ਇਹ ਵੀ ਪਤੀਸਾ ਜੀ ਡੱਬੀ ਵਾਲਾ ਹਾਂਜੀ ਕੱਪਾਂ ਵਾਲਾ ਪਤੀਸਾ ਸਹੀ ਹੋ ਗਿਆ ਜੀ ਅੱਛਾ ਅੱਛਾ ਜੀ ਹੋਰ ਅੱਗੇ ਦੇਖੋ ਉੱਧਰ ਜਾ ਕੇ ਦੇਖੋ ਠੀਕ ਆ ਜੀ अच्छा जी हां आ भी मच्छी है जी आ भी मच्छी है अच्छा आ तकरीबन सारी मच्छी डाल दी अच्छा हां माशाल्लाह अल्लाह पाक ने तो रौनक ला दी अल्लाह का बड़ा करम हो गया जी हां अल्लाह का बड़ा करम हो गया भैन भरावां दी दुआ दे नाल हां अल्लाह पाक ने अजर देना जो मालिक ने बिल्कुल जी इंशाल्लाह जी थानू बहुत मिलना दसो जी भैन के हुन कोई बेहतरी आ जाए इंशाल्लाह जी इंशाल्लाह जी कितनी कोई बेहतरी आएगी अल्लाह ने बहुत कोई बेहतरी कर देनी अल्लाह पाक ने बहुत इंशाल्लाह जी बहुत दुआ जेड़ा तुसी पैदल चल के सामान सिर ते रख के जांदे सी हां जी भैन जी थकावट हो जांदी सी हां जी ਹੁਣ ਤੁਸੀਂ ਸਾਈਕਲ ਤੇ ਬੈਠੋਗੇ ਹਾਂਜੀ ਹਾਂਜੀ ਠੀਕ ਆ ਜੀ ਬੈਠ ਕੇ ਦਿਖਾਓ ਮੈਨੂੰ ਹੈ ਉਹ ਤਾਂ ਚੱਲੇ ਹੀ ਨਾ ਨਹੀਂ ਇਹ ਚਲਾਵਾਂਗੇ ਇਨਸ਼ਾਅੱਲਾ ਜੀ ਅੱਛਾ ਜਿੱਦਨ ਜਾਣਾ ਦੱਸੋ ਜੀ ਮੈਂ ਕਿਹੜਾ ਕੱਢ ਕੇ ਆਉਣਾ ਜੀ ਤੇ ਬੈਠ ਕੇ ਦਿਖਾਓ ਸਾਨੂੰ ਠੀਕ ਹੋ ਗਿਆ ਜਨਾਬ ਬੈਠ ਜਾ ਬੱਸ ਐਡੀ ਤੇ ਪਿੰਡ ਐਸੇ ਲੈ ਜਾਣਾ ਜੀ ਨਹੀਂ ਜਨਾਬ ਅਸੀਂ ਉੱਤੇ ਬਹਿ ਕੇ ਚਲਾਵਾਂਗੇ ਜਨਾਬ ਪਤਾ ਲੱਗਿਆ ਕਿ ਬਹਿਣਾ ਸੌਖਾ ਨਹੀਂ ਹੈਗਾ ਨਹੀਂ ਜੀ ਬਹਿਾਂਗੇ ਜ਼ਰੂਰ ਇਨਸ਼ਾਅੱਲਾ ਤਰਾ ਜੀ ਐਡੀ ਗੱਲ ਕੋਈ ਨਹੀਂ ਹੈਗੀ ਹਾਂ ਦੇਰ ਬਾਅਦ ਬੈਠਾਂ ਜੀ ਹਾਂ ਮੈਂ ਤੇ ਆਈਸਕ੍ਰੀਮ ਦਾ ਸਾਈਕਲ ਚਲਾਉਂਦਾ ਰਿਹਾ ਜੀ ਰਕਸ਼ਾ ਹਾਂਜੀ ਆਈਸਕ੍ਰੀਮ ਵਾਲਾ ਅੱਛਾ ਅੱਛਾ ਹਾਂਜੀ ਹਾਂ ਬਿਸਮਿਲ੍ਲਾ ਵਾਹ ਜੀ ਵਾਹ ਵਧੀਆ ਹੋ ਗਿਆ ਜੀ ਵਧੀਆ ਹੋ ਗਿਆ ਹਾਂਜੀ ਚਲੋ ਜੀ ਨਹੀਂ ਜਨਾਬ ਲੱਗਿਆ ਕਿਉਂ ਜੀ ਕਿੱਥੇ ਜਨਾਬ ਤੁਸੀਂ ਪਕੜੋ ਕੇ ਖੜਵਾਵਾਂਗਾ ਜੀ ਉੱਤੇ ਜਾ ਕੇ ਲਿਆਓ ਫਿਰ ਲਿਆਓ ਜੀ ਲਿਆਓ ਆਪਣੀ ਆਪਣੀ ਗੱਡੀ ਨਹੀਂ ਜੀ ਮੈਂ ਅੱਗੇ ਹੀ ਚਲਾਉਂਦਾ ਰਿਹਾ ਸਰਕਾਰ ਇੱਥੇ ਬ੍ਰੇਕ ਲਾ ਲਈ ਆ ਜੀ ਰੋਕੋ ਜੀ ਰੋਕੋ ਜੀ ਰੋਕੋ ਜੀ ਰੋਕੋ ਜੀ ਮਾਸ਼ਾਅੱਲਾ ਹਾਂ ਜੀ ਕੈਸਾ ਜੀ ਅੱਲਾਹ ਦਾ ਕਰਮ ਹੈ ਜੀ ਸੋਹਣੇ ਰੱਬ ਦਾ ਹਾਂ ਵਧੀਆ ਹੋ ਗਿਆ ਹੈ ਬੜਾ ਰੱਬ ਦਾ ਕਰਮ ਹੋ ਗਿਆ ਜੀ ਸੋਹਣੇ ਅੱਲਾਹ ਪਾਕ ਤੁਹਾਡੇ ਵਾਸਤੇ ਆਸਾਨੀਆਂ ਕਰੇ ਆਮੀਨ ਜੀ ਅੱਲਾਹ ਸੋਹਣਾ ਤੁਹਾਨੂੰ ਖੈਰੋ ਕਾਰੋਬਾਰ ਚ ਖੈਰੋ ਬਰਕਤ عطا ਕਰੇ ਹੈ ਤੁਹਾਡੀ ਜੋ ਵੀ ਮੁਸ਼ਕਲਾਂ ਆ ਅੱਲਾਹ ਸਾਰਾ ਦੂਰ ਕਰੇ ਹੈ ਤੇ ਫਿਰ ਉਤਰੋ ਔਰ ਆਪਣਾ ਉਹ ਵੀ ਸਮਾਨ ਇਹਦੇ ਉੱਪਰ ਰੱਖੋ ਤੇ ਫਿਰ ਆਪਣੇ ਘਰ ਜਾਓ ਠੀਕ ਹੈ ਜੀ ਤੇ ਅੱਲਾਹ ਪਾਕ ਕਰਮ ਕਰੇ ਜੀ ਜ਼ਫਰ ਹੈਲਪ ਕਰੋ ਜ਼ਰਾ ਨਾਲ ਇਹਨਾਂ ਦੇ ਹਾਂਜੀ ਕੋਈ ਗੱਲ ਨਹੀਂ ਕੋਈ ਨਹੀਂ ਛੱਡ 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 ਸਾਰਾ ਥਾਲ ਚੁੱਕੇ ਰੱਖ ਹਾਂਜੀ ਹੁਣ ਸਵੇਰ ਤੁਸੀਂ ਜਦੋਂ ਨਿਕਲੋਗੇ ਨਾ ਉਦੋਂ ਆਪਣੇ ਹਿਸਾਬ ਨਾਲ ਸੈੱਟ ਕਰਕੇ ਤੇ ਫਿਰ ਨਿਕਲਣਾ ਠੀਕ ਹੈ ਹਾਂ ਕਿ ਹਜੇ ਵੀ ਤੁਸੀਂ ਕੋਈ ਫੇਰੀ ਪੂਰੀ ਲਾਣੀ ਆ ਨਹੀਂ ਨਹੀਂ ਹੁਣ ਮੈਂ ਜਾ ਕੇ ਘਰ ਜਾਣਾ ਵਾ ਹਾਂਜੀ ਇਨਸ਼ਾਅੱਲਾ ਜੀ ਚਲੋ ਜੀ ਇਹ ਦੁਆ ਕਰਨਾ ਕਿ ਜਿਨ੍ਹਾਂ ਦੀ ਤਰਫੋਂ ਇਹ ਕਾਰੋਬਾਰ ਮਿਲਿਆ ਨਵਾ ਸਾਹਿਬ ਕਿਨ੍ਹਾਂ ਦੀ ਤਰਫੋਂ ਮਿਲਿਆ ਕਾਰੋਬਾਰ ਅੱਲਾਹ ਪਾਕ ਦੀ ਤਰਫੋਂ ਕਾਰੋਬਾਰ ਤੁਹਾਨੂੰ ਮਿਲਿਆ ਨਵਾ ਕਾਰੋਬਾਰ ਤੁਹਾਨੂੰ ਮੁਬਾਰਕ ਹੋਵੇ ਅੱਲਾਹ ਪਾਕ ਤੁਹਾਡੇ ਵਾਸਤੇ ਆਸਾਨੀਆਂ ਕਰੇ ਓਕੇ ਜੀ ਅੱਲਾਹ ਹਾਫਿਜ਼ ਅੱਲਾਹ ਖੈਰ ਤੇ ਬੈਠੋ